ਪੰਜਾਬ ਦੇ ਆਪਣੇ ਐਕਸਪੋਜ਼ਰ ਦੌਰੇ ਦੇ ਦੂਜੇ ਦਿਨ ਇੱਕ 파ਰਤ ਸ੍ਰੇਸ਼ਟ 파ਰਤ ਯੁਵਾ ਸੰਗਮ ਮਣੀਪੁਰ ਦੇ ਵਿਦਿਆਰਥੀਆਂ ਨੇ ਅੱਜ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਹੋਲੀ ਦਾ ਤਿਉਹਾਰ ਮਨਾਇਆ ਇਸ ਮੌਕੇ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਗਵਿੰਦਰ ਪੀ ਤਿਵਾਰੀ ਨੇ ਦੱਸਿਆ ਕਿ ਹੋਲੀ ਦੇ ਸਮਾਗਮ ਦੌਰਾਨ ਯੂਨੀਵਰਸਿਟੀ ਵਿੱਚ ਪੜ ਰਹੇ 27 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਨੇ ਇਸ ਤਿਉਹਾਰ ਨੂੰ ਆਪਣੇ ਲੋਕ ਨਾਚਾਂ ਅਤੇ ਗੀਤਾਂ ਰਾਹੀਂ ਮਨਾ ਕੇ ਆਪਣੀ ਆਪਣੇ ਰਾਜ ਦੀ ਝਲਕ ਪੇਸ਼ ਕੀਤੀ ਅਤੇ ਦੇਸ਼ ਦੇ ਅਮੀਰ ਬਿਆਚਾਰ ਨੂੰ ਦਰਸਾਇਆ ਵਿਦਿਆਰਥੀਆਂ ਨੇ ਰੰਗਾਂ ਦੇ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ